ਸ਼ਿਵਾਨੀ ਟਿਊਟੋਰੀਅਲ ਵੇਖ ਰਹੇ ਸਾਰੇ ਲੋਕਾਂ ਨੂੰ ਜੀ ਆਇਆਂ ਨੂੰ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਫ੍ਰੈਂਚ ਗੁੱਤ ਦੇ ਨਾਲ ਸੋਹਣਾ ਜਿਹਾ ਵਾਲਾਂ ਦਾ ਸਟਾਈਲ ਬਣਦਾ ਹੈ। ਪੁੱਠੀ ਤਰਫ ਤੋਂ ਲੈ ਕੇ ਸਿੱਧੀ ਤਰਫ ਦੇ ਵਾਲਾਂ ਨੂੰ ਫ੍ਰੈਂਚ ਗੁੱਤ ਬਣਾ ਲਓ। ਲਗਾਤਾਰ ਫ੍ਰੈਂਚ ਗੁੱਤ ਬਣਾਉਂਦੇ ਹੋਏ ਸਿੱਧੀ ਤਰਫ ਦੇ ਥੋੜੇ ਜਿਹੇ ਵਾਲਾਂ ਨੂੰ ਵਿੱਚ ਲੈ ਲਓ। ਹੁਣ ਗੁੱਤ ਨੂੰ ਟੇੜਾ ਕਰਦੇ ਹੋਏ ਨੀਚੇ ਵਾਲਾਂ ਨੂੰ ਖੁੱਲ੍ਹਾ ਛੱਡ ਦਿਓ। ਗੁੱਤ ਦੇ ਖਤਮ ਹੋਣ ਵਾਲੇ ਪਾਸੇ 'ਤੇ ਪਿੰਨ ਲਾ ਕੇ ਵਾਲਾਂ ਨੂੰ ਨੀਚੇ ਖੁੱਲ੍ਹਾ ਛੱਡ ਦਿਓ। ਧਿਆਨ ਰਹੇ ਕਿ ਵਾਲਾਂ 'ਚ ਪਿੰਨ ਸਾਫ਼ ਸੁਥਰੇ ਅਤੇ ਸੋਹਣੇ ਤਰੀਕੇ ਨਾਲ ਲੱਗੀ ਹੋਏ। ਅਤੇ ਹੁਣ ਖੁੱਲ੍ਹੇ ਵਾਲਾਂ ਨੂੰ ਖੱਬੇ ਪਾਸੇ ਮੋਢੇ 'ਤੇ ਰੱਖ ਦਿਓ ਇਸ ਤਰੀਕੇ ਨਾਲ। ਇਹ ਦੇਖੋ ਸਾਡੀ ਸਾਈਡ ਫ੍ਰੈਂਚ ਗੁੱਤ ਵਾਲਾ ਹੇਅਰ ਸਟਾਈਲ ਕਿੰਨਾ ਸੋਹਣਾ ਲੱਗ ਰਿਹਾ। ਸਾਡਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ, ਅਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ।